ਕਰਦੇ ਹੋ? ਮਤਲਬ ਹੋਈ ਨਹੀਂ ਹੁੰਦੀ ਸੀ ਤੇ ਜਾਇਆ ਹੋ ਜਾਂਦੀ ਸੀ 7 ਮਹੀਨਿਆਂ ਦੀ 6 ਮਹੀਨਿਆਂ ਦੀ 5 ਮਹੀਨਿਆਂ ਦੀ ਤਿੰਨ ਦਫਾ ਵਾਕਿਆ ਹੋਇਆ ਲੇਕਿਨ ਨਹੀਂ ਔਲਾਦ ਹੋਈ। ਤਿੰਨ ਵਾਰੀ ਵਾਕਿਆ ਹੋਇਆ ਨਹੀਂ ਹੋਈ ਤੇ ਫਿਰ ਕਦੋਂ ਸੋਚਿਆ ਕਿ ਤੁਸੀਂ ਬੱਚੀ ਅਗਵਾ ਕਰਕੇ ਤੇ ਆਪਣੀ ਹੀ ਬੱਚੀ ਬਣਾ ਕੇ ਉਹਨੂੰ ਪਾਲੋਗੇ? ਕਦੋਂ ਫੈਸਲਾ ਕੀਤਾ ਹੈ, ਕਦੋਂ ਪਲੈਨਿੰਗ ਕੀਤੀ ਕਿ ਹੁਣ ਬੱਚੀ ਅਗਵਾ ਕਰਨੀ ਹੈ ਜਾਂ ਬੱਚੀ ਕਿਸੇ ਦੀ? ਮਤਲਬ ਕਿ ਮੈਂ ਚੈੱਕਅਪ ਕਰਵਾਉਣ ਜਾਂਦੀ ਨਹੀਂ ਨਾ, ਤੇ ਉੱਥੇ ਮਤਲਬ ਬੱਚੇ ਬੁੱਚੇ ਪੈਦਾ ਹੁੰਦੇ ਸੀ ਤੇ ਮੈਂ ਸੋਚਿਆ ਕਿ ਮੈਨੂੰ ਨਹੀਂ ਅੱਲਾ ਦਿੰਦਾ, ਚੱਲ ਮੈਂ ਕਿਸੇ ਦਾ ਚੁੱਕਿਆ ਤੇ ਆਪਣੇ ਬੱਚਾ ਬਣਾ ਲਾਂਗੀ, ਬੱਚੀ ਹੋਵੇ ਜਾਂ ਬੱਚਾ ਜੋ ਵੀ ਅੱਲਾ ਦੇ ਦੇਵੇ। ਅੱਛਾ, ਇਹ ਕਦੋਂ ਸੋਚਿਆ? ਤਕਰੀਬਨ 15-20 ਦਿਨ ਪਹਿਲੇ। ਅੱਛਾ, 15-20 ਦਿਨ ਪਹਿਲੇ। ਆਪਣੇ ਸੋਹਰ ਨੂੰ ਵੀ ਕਿਹਾ? ਨਹੀਂ ਨਹੀਂ, ਉਹਨਾਂ ਨੂੰ ਨਹੀਂ ਪਤਾ। ਹਾਂ, ਉਹਨਾਂ ਨੂੰ ਕੀ ਪਤਾ ਸੀ? ਉਹਨਾਂ ਨੂੰ ਪਤਾ ਸੀ ਕਿ ਇਹਨੂੰ 7ਵਾਂ ਮਾਂ ਹੈ। ਅੱਛਾ, 7ਵਾਂ ਮਾਂ ਹੈ। ਉਹ ਕਿਵੇਂ, ਮਤਲਬ ਸੋਹਰ ਨੂੰ ਕਿਵੇਂ ਪਤਾ ਲੱਗ ਗਿਆ ਕਿ ਤਾਂ 7ਵਾਂ ਮਾਂ ਹੈ? ਚੱਲ ਰਹੀ? ਹਾਂਜੀ, ਮੈਂ ਹਾਂਜੀ ਹਾਂਜੀ, ਉਹਨਾਂ ਨੇ ਟੈਸਟ ਕੀਤੇ ਸੀ, ਅਲਟਰਾਸਾਊਂਡ ਵਗੈਰਾ ਕਰਾਈ ਸੀ। ਅੱਛਾ ਜੀ, ਤੇ ਕਦੋਂ ਉਹ ਬੱਚਾ ਜਿਹੜਾ ਜ਼ਾਇਆ ਹੋ ਗਿਆ? ਕੋਈ ਬਿਮਾਰੀ ਸ਼ੁਮਾਰੀ ਨਹੀਂ ਲੱਗੇ। ਫਿਰ ਸੋਚ ਲਿਆ ਕਿ ਸ਼ੋਹਰ ਨੂੰ ਨਹੀਂ ਦੱਸਿਆ? ਨਹੀਂ ਨਹੀਂ, ਆ ਕੇ ਬੱਚਾ ਜ਼ਾਇਆ ਹੋ ਗਿਆ। ਕਿਉਂ ਨਹੀਂ ਦੱਸਿਆ? ਡਰ ਦੇ ਮਾਰੇ ਨਹੀਂ ਦੱਸਿਆ। ਕਿਉਂ ਡਰ ਦੇ? ਕਿਉਂ? ਦਾਣਾ ਖਾਸਤਾ ਕਿ ਛੱਡ ਨਾ ਦੇਵੇ, 2-3 ਬੱਚੇ ਪਹਿਲੇ ਵੀ ਹੋ ਗਏ। ਹਾਂ, ਨਹੀਂ ਉਹਨੇ ਧਮਕੀਆਂ ਦਿੰਦਾ ਸੀ ਸ਼ੋਹਰ? ਨਹੀਂ ਨਹੀਂ, ਕੋਈ ਧਮਕੀ ਨਹੀਂ ਸੀ, ਵੈਸੇ ਮੈਂ ਡਰ ਗਈ ਸਾਂ। ਅੱਛਾ, ਕਿ ਮੇਰਾ ਘਰ ਨਾ। ਕਦੀ ਉਹਨੇ ਕਿਹਾ ਕਿ ਬੱਚਾ ਅਗਰ ਔਲਾਦ ਨਹੀਂ ਹੋਏਗੀ ਤੇ ਮੈਂ ਵਸਾਣਾ ਨਹੀਂ ਹੈ? ਮੈਂ ਬਸ ਹਮ ਕਦੀ ਝਗੜੇ ਝਗੜੇ ਚ ਹੋ ਜਾਂਦਾ ਸੀ, ਲੇਕਿਨ ਆਮ ਰੂਟੀਨ ਚ ਨਹੀਂ। ਅੱਛਾ, ਗੁੱਸੇ ਚ ਪਿਆਰ ਮੁਹੱਬਤ ਕਰਦਾ? ਹਾਂਜੀ ਪਿਆਰ। ਐਡਾ ਸੰਗੀਨ ਕਦਮ ਕਿਵੇਂ ਚੁੱਕ ਲਿਆ, ਕਿਵੇਂ ਹਿੰਮਤ ਆ ਗਈ ਕਿ ਕਿਸੇ ਦੀ ਬੱਚੀ ਚੁੱਕ ਲਵੋਗੇ ਅਗਰ ਆਪਣੀ ਔਲਾਦ ਨਹੀਂ ਹੋ ਰਹੀ? ਤੇ ਜਿਹਨਾਂ ਦੀ ਔਲਾਦ ਨਹੀਂ ਹੁੰਦੀ, ਤੇ ਅੱਲਾ ਦੀ ਹਿਕਮਤ ਹੈ ਨਾ, ਅੱਲਾ ਦੇ ਦਿੰਦਾ 10 ਸਾਲ ਬਾਅਦ ਵੀ ਦੇ ਦਿੰਦਾ, 20 ਸਾਲ ਬਾਅਦ ਵੀ ਦੇ ਦਿੰਦਾ, ਉਹਦੇ ਉਹਦੀ ਹਿਕਮਤ ਹੈ ਔਰ ਉਹਦੀ ਉਹਦੇ ਹੁਕਮ ਦੇ ਉੱਤੇ ਸਭ ਕੁਝ ਹੋਣਾ। ਲੇਕਿਨ ਤੁਸੀਂ ਇਹ ਪਲੈਨਿੰਗ ਕਰ ਲਈ ਕਿ ਹੁਣ ਬੱਚੀ ਕਿਸੇ ਦੀ ਚੁੱਕ ਲਵਾਂਗੇ, ਤੇ ਉਸ ਮਾਂ ਦੇ ਉੱਤੇ ਕੀ ਬੀਤੇਗੀ? ਤੁਸੀਂ ਵੀ ਤੇ ਮਾਂ ਬਣਨ ਦਾ ਖੁਆਬ ਦੇਖ ਰਹੇ ਸੀ ਨਾ, ਮਾਂ ਦੇ ਵਾਸਤੇ ਬੱਚੇ ਕਿੰਨੇ ਅਹਿਮੀਅਤ ਦੇ ਹਾਮਲ ਹੁੰਦੇ ਜੀ ਭਾਈ, ਇਹ ਮੈਨੂੰ ਪਤਾ। ਤੇ ਫਿਰ ਵੀ ਇਹ ਸੋਚ ਲਿਆ ਤੁਸੀਂ? ਗਲਤੀ ਹੋ ਗਈ। ਕਦੋਂ ਸੋਚਿਆ? ਜਦੋਂ ਬੱਚਾ ਤੁਹਾਡਾ ਜਾਇਆ ਹੋਇਆ, ਠੀਕ ਹੈ, ਫਿਰ ਕਿਵੇਂ ਕਿਵੇਂ ਪਲੈਨਿੰਗ ਕੀਤੀ ਉਹ ਸਾਰੀ ਵਾਰਦਾਤ ਜਿਵੇਂ ਹੋਈ ਉਹ ਦੱਸੋ? ਕੀ ਮਤਲਬ ਕਿ ਪਲੈਨਿੰਗ ਨਹੀਂ ਕੀਤੀ, 2-3 ਦਿਨ ਕਿਲੇ ਨਾਲ ਜਾਂਦੀ ਰਹੀ, ਅਲਟਰਾਸਾਊਂਡ ਵਗੈਰਾ ਕਰਾਈ, ਮੈਡੀਸਨ ਲੈਣ ਜਾਂਦੀ ਰਹੀ, ਬਲੱਡ ਤੇਜ਼ ਹੋ ਜਾਣਾ ਟੈਨਸ਼ਨ ਦੇ ਨਾਲ, ਚੈੱਕਅਪ ਕਰਵਾਉਣ ਗਈ ਸਿਰਫ 2 ਜਾਂ 3 ਦਫਾ ਗਈ, ਬਾਅਦ ਇੱਕ ਦਿਨ ਸੁਬਹਾ ਸੁਬਹਾ ਬਹੁਤ ਜ਼ਿਆਦਾ ਦਰਦ ਹੋ ਰਹੀ ਸੀ ਅਤੇ ਮੈਂ ਬੱਚਿਆਂ ਨੂੰ ਕਿਹਾ ਭਤੀਜੇ ਨੂੰ ਕਿ ਮੇਰੇ ਨਾਲ ਚੱਲ ਦਵਾਈ ਲੈਣ, ਅਤੇ ਸਾਰੇ ਸੁੱਤੇ ਹੋਏ ਸੀ ਕਲੀਨਿਕ 'ਤੇ, ਬੱਚਾ ਉਠਾ ਲਿਆ। ਉੱਥੇ ਬੱਚੀ ਪਈ ਸੀ ਜੀ? ਅੱਛਾ, ਉਹ ਚੁੱਕ ਲਈ ਜੀ? ਅੱਛਾ, ਫੌਰੀ ਮਤਲਬ ਉਹ ਪਹਿਲੇ ਤੁਸੀਂ ਮਨਸੂਬਾ ਤੇ ਪਹਿਲੇ ਬਣਾ ਲਿਆ ਸੀ, ਪੁਲਿਸ ਕਹਿੰਦੀ ਹੈ ਕਿ ਬੱਚੀ ਤੁਸੀਂ ਅਗਵਾ ਕਰਕੇ ਲੈ ਕੇ ਆਵਾਂਗੇ, ਕਿਉਂਕਿ ਸ਼ੋਹਰ ਨੂੰ ਝੂਠ ਬੋਲਿਆ ਸੀ ਨਾ? ਨਹੀਂ ਨਹੀਂ, ਬੱਚੀ ਦਾ ਨਹੀਂ, ਕਿ ਮੈਂ ਇਹਨਾਂ ਦੀ ਬੱਚੀ, ਅੱਲਾ ਮਾਫ ਕਰੇ, ਨਹੀਂ ਇਹਨਾਂ ਦੀ ਨਹੀਂ, ਕਿਸੇ ਦੀ ਵੀ ਚੁੱਕਣੀ ਤੇ ਕਿਸੇ ਦਾ ਵੀ ਹੁੰਦਾ, ਕਿਸੇ ਦਾ ਵੀ ਹੁੰਦਾ, ਹਾਂਜੀ, ਉਹ ਚੁੱਕਣਾ ਸੀ ਨਾ। ਇਹ ਕਦੋਂ ਬਣਾ ਲਿਆ ਸੀ? ਜਦੋਂ ਜ਼ਾਇਆ ਹੋਇਆ ਸੀ ਜੀ? ਕਿੰਨੀ ਦੇਰ ਪਹਿਲੇ ਜ਼ਾਇਆ ਹੋਇਆ ਸੀ? 3 ਬੰਦਾ ਕਿ 7 ਮਹੀਨੇ ਦੇ 4-5 ਦਿਨ ਰਹਿੰਦੇ ਸੀ। ਕਿੰਨਾ ਅਰਸਾ ਗੁਜ਼ਰ ਗਿਆ ਇਸ ਗੱਲ ਨੂੰ? ਕਿਸ ਗੱਲ ਨੂੰ? ਇਹੀ ਦਿਨ ਦੱਸਦੇ ਰਹੀਆਂ, ਮਤਲਬ 20 ਦਿਨ ਪਹਿਲੇ ਜੀ, ਮਹੀਨਾ ਪਹਿਲੇ, 15-20 ਦਿਨ ਪਹਿਲੇ, 15-20 ਦਿਨ ਪਹਿਲੇ, ਠੀਕ ਹੈ। ਉਹ ਬਲੀਡਿੰਗ ਮੈਨੂੰ ਹੋ ਰਹੀ ਸੀ। ਸਹੀ ਹੈ। ਉਹਦੇ ਤੋਂ ਬਾਅਦ ਫਿਰ ਉੱਥੇ ਕਿਸੇ ਕਲੀਨਿਕ 'ਚ ਦੋਸਤੀ ਕਿਸੇ ਨਾਲ ਬਣਾਈ ਤੁਸੀਂ? ਜਾ ਨਹੀਂ ਨਹੀਂ ਨਹੀਂ, ਉਹ ਜਿਹੜੀ ਉੱਥੇ ਸਫਾਈ ਕਰਦੀ ਸੀ ਮੇਰੀ ਪਹਿਲੇ ਦੀ ਦੋਸਤ ਸੀ। ਬੱਚੇ ਅਗਵਾ ਕਰਨ ਵਾਸਤੇ ਕਿਹੜੇ ਕਿਹੜੇ ਹਸਪਤਾਲਾਂ ਦਾ ਰੁਖ ਕੀਤਾ? ਜਨਰਲ ਹਸਪੀਟਲ ਗਏ ਪਹਿਲੇ? ਨਹੀਂ ਗਈ। ਨਹੀਂ, ਸੋਚ ਤੇ ਲਿਆ ਸੀ ਨਾ, ਜਾਂ ਬੱਚਾ ਜਾਂ ਬੱਚੀ ਕਿਸੇ ਦੇ ਵੀ ਹੋਏਗੀ? ਨਹੀਂ, ਕਿਸੇ ਉਹਨ ਦੀ ਕਿਸੇ ਨੂੰ ਪੁੱਛਦੀ ਦੱਸਦੀ ਰਹਿਣਾ, ਕਿਸੇ ਨੂੰ ਕਿ ਕੋਈ ਭੈਣ ਭਾਈ ਕਿ ਕੋਈ ਬੱਚਾ ਦਿੰਦਾ ਹੋਵੇ ਤੇ ਮੈਨੂੰ ਦੱਸ ਦੇਣਾ। ਅੱਛਾ, ਅਡਾਪਟ ਕਰ ਲਾਂਗੇ ਜੀ? ਤੇ ਉੱਥੇ ਬੇਤਹਾਸ਼ਾ ਇਹੋ ਜਿਹੇ ਬੱਚੇ ਨੇ ਜਿਹੜੇ ਮੁxtਲਿਫ ਜਗ੍ਹਾ ਦੇ ਉੱਤੇ ਹੁੰਦੇ ਨੇ? ਮੈਂ ਪੁੱਛਿਆ ਸੀ ਮੈਨੂੰ ਕਿਧਰੋਂ ਆਸ ਮੀਂਦ ਨਹੀਂ ਲੱਗੀ ਸੀ। ਤੇ ਬੰਦੇ ਨੂੰ ਕਿਉਂ ਨਹੀਂ ਦੱਸਿਆ? ਸ਼ੋਹਰ ਨੂੰ ਤੇ ਬੀਵੀ ਦਾ ਫਰਜ਼ ਹੁੰਦਾ, ਹੱਕ ਹੁੰਦਾ ਕਿ ਹਰ ਗੱਲ ਦੱਸ ਦੇਣੀ ਸਾਫ਼ ਸਾਫ਼। ਬਸ ਗਲਤੀ ਹੋ ਗਈ ਭਾਈ, ਨਹੀਂ ਦੱਸਿਆ, ਅਗਰ 10 ਦਿਨ ਦੀ ਸ਼ਾਇਦ ਕੋਈ ਮਸਲਾ ਹੱਲ ਹੋ ਜਾਂਦਾ, ਅੱਲਾ ਤਾਲਾ ਕਰ ਦਿੰਦਾ। ਸਹੀ ਹੈ। ਫਿਰ ਇਸ ਕਲੀਨਿਕ ਦੇ ਕਦੋਂ ਚੱਕਰ ਲਾਣੇ ਸ਼ੁਰੂ ਕੀਤੇ? ਤਕਰੀਬਨ 17-18 ਤਰੀਕ, 16 ਤਰੀਕ, ਇਸ ਤਰ੍ਹਾਂ। 16 ਤਰੀਕ ਤੋਂ ਜਾਣਾ ਸ਼ੁਰੂ ਕੀਤਾ ਇੱਥੇ? ਉਦੋਂ ਬੱਚੇ ਨਹੀਂ ਲੱਭਦੇ ਸੀ? ਕਿਦੋਂ? ਜਦੋਂ ਜਾਂਦੇ ਸੀ ਇਸ ਕਲੀਨਿਕ ਦੇ ਵਿੱਚ? ਨਹੀਂ, ਵੇ ਹੋਏ ਹੁੰਦੇ ਸੀ, ਹੋਏ ਹੁੰਦੇ ਸੀ, ਲੇਕਿਨ ਲੋਕ ਜਾਗ ਰਹੇ ਹੁੰਦੇ ਜੀ, ਮੌਕਾ ਨਹੀਂ ਬਣਦਾ ਜੀ। ਕਿੰਨੀ ਵਾਰੀ ਅਟੈਂਪਟ ਪਹਿਲੇ ਕੋਈ ਕੋਈ ਚਾਂਸ ਬਣਿਆ ਕਿ ਚੁੱਕਣ ਲੱਗੇ ਉਹ ਤੇ ਕੋਈ ਉੱਠ ਗਿਆ ਜਾਗ ਗਿਆ? ਹਾਂ,
ਕੋਈ ਚਾਂਸ ਨਹੀਂ ਬਣਿਆ ਕੋਈ ਨਹੀਂ ਚਾਂਸ ਬਣਿਆ ਪਹਿਲੇ ਕਿੰਨੇ ਵਜੇ ਦਾ ਟਾਈਮ ਸੀ ਸਵੇਰ 6 ਵਜੇ ਦਾ ਅੱਛਾ ਕੀ ਕੀਤਾ 6 ਵਜੇ 6 ਵਜੇ ਗਈ ਆ ਕਲੀਨਿਕ ਤੇ ਤਬੀਅਤ ਮੇਰੀ ਖਰਾਬ ਸੀ ਦਰਦ ਹੋ ਰਹੀ ਸੀ ਫੈਮਿਲੀ ਕਲੀਨਿਕ ਤੇ ਉਹ ਦਰਵਾਜ਼ਾ ਬਾਹਰੋਂ ਕੁੰਡੀ ਲੱਗੀ ਹੋਈ ਸੀ ਤੇ ਇੱਕ ਵਾਰ ਮੈਂ ਬੰਦਾ ਸੋਫੇ ਤੇ ਸੁੱਤਾ ਹੋਇਆ ਸੀ ਸਹੀ ਤੇ ਅੰਦਰ ਇੱਕ ਬੇਬੀ ਸੁੱਤੀ ਹੋਈ ਸੀ ਇੱਕ ਬੱਚੀ ਸੁੱਤੀ ਲੜਕੀ ਸੁੱਤੀ ਸੀ ਨਾਲ ਬੱਚਾ ਲੇਟਿਆ ਹੋਇਆ ਸੀ ਸਹੀ ਮੈਂ ਬੱਚਾ ਉਠਾਇਆ ਮੈਂ ਬਾਹਰ ਆ ਗਈ ਮੋਟਰਸਾਈਕਲ ਬਾਹਰ ਖੜੀ ਸੀ ਬੱਚਾ ਸੀ ਬੱਚੀ ਸੀ ਮੈਂ ਨਹੀਂ ਦੇਖਿਆ ਅੱਛਾ ਜੋ ਵੀ ਸੀ ਜੋ ਵੀ ਸੱਲਾਂ ਉਹਦੇ ਨਾਲ ਬੱਚੀ ਇੱਕ ਸੁੱਤੀ ਸੀ ਹਾਂਜੀ ਇੱਕ ਵੱਡੀ ਉਮਰ ਦੀ ਹਾਂਜੀ ਲੜਕੀ ਸੀ ਹਾਂਜੀ ਅੱਛਾ ਉਹ ਸੋ ਰਹੀ ਸੀ ਜੀ ਉੱਥੋਂ ਚੁੱਕਿਆ ਜੀ ਚੁੱਕੀ ਬੱਚੀ ਤੇ ਕਿੱਧਰ ਨੂੰ ਗਏ ਤੇ ਮਤਲਬ ਕਿ ਬਿਨਸ ਨੂੰ ਬਾਹਰ ਆਏ ਜੀ ਕੀ ਕੀਤਾ ਆ ਕੇ ਬਾਹਰ ਮੋਟਰਸਾਈਕਲ ਤੇ ਬੈਠ ਗਈ ਸਹੀ ਤੇ ਉਹਦਾ ਕਿ ਮੋਟਰਸਾਈਕਲ ਤੇ ਬੈਠ ਕੇ ਬਿਨਸ ਨੂੰ ਚਲੇ ਗਏ ਕੋਈ ਹੈ ਹੀ ਨਹੀਂ ਸੀ ਉੱਥੇ ਅੱਛਾ ਤੇ ਉਹਨੇ ਬੱਚੇ ਚੁੱਕਣ ਦਾ ਪਹਿਲਾਂ ਹੀ ਪਲਾਨ ਬਣਾਇਆ ਸੀ ਤਬੀਅਤ ਖਰਾਬੀ ਦੇ ਵਿੱਚੋਂ ਕਿੱਥੇ ਅੰਸਰ ਆ ਗਿਆ ਵਿੱਚ ਗਈ ਤੇ ਘਰੋਂ ਤੇ ਤਬੀਅਤ ਖਰਾਬ ਹੋਈ ਤੇ ਚੁੱਕਣ ਦਾ ਪਹਿਲਾਂ ਹੀ ਪਲਾਨ ਸੀ ਨਾ ਕਿ ਚੁੱਕਣਾ ਹੈ ਅਗਵਾ ਕਰਨਾ ਹੈ ਹਾਂ ਜੇ ਬੱਚਾ ਨਾ ਹਾਂ ਜੋ ਵੀ ਮਿਲ ਗਿਆ ਅੱਲਾ ਤਾਂ ਦੇ ਦੇ ਲਾਂਗੇ ਅੱਲਾ ਨੇ ਫਿਰ ਇੰਜ ਦੇ ਦਿੱਤਾ ਫਿਰ ਹੁੰਦਾ ਕਿ ਨਾ ਮੈਂ ਵੀ ਨਾ ਤੋਂ ਚਲੀ ਗਈ ਬਾਹਰ ਫਿਰੋਜ਼ਪੁਰ ਰੋਡ ਤੇ ਫਿਰ ਕਾਨੇ ਗਏ ਉੱਥੇ ਮਤਰੀ ਬੇ ਸਿਸਟਰ ਸੀ ਉਹਨੂੰ ਕਿਹਾ ਕਿ ਇਹ ਬੱਚੀ ਹੈ ਇਹ ਭਤੀਜੀ ਦੀ ਤੇ ਉਹਨਾਂ ਦੇ ਹੁੰਦਾ ਕਿ ਨਾ ਲੜੀ ਹੈ ਮੀਏ ਨਾਲ ਤੇ ਉਹਨਾਂ ਦੀ ਸੁਲਾ ਹੋਏਗੀ ਤੇ ਬੱਚੀ ਲੈ ਜਾਵਾਂਗੇ ਅੱਛਾ ਉਹਨਾਂ ਦਿੱਤੀ ਦਿੱਤੀ ਨਹੀਂ ਹਾਂ ਉਹਦੇ ਕੋਲ ਰਹੀ ਦਿਹਾੜੀ ਅੱਛਾ ਸ਼ਾਮ ਨੂੰ ਜੀ ਸ਼ਾਮ ਨੂੰ ਜਾ ਕੇ ਲੈ ਆਈ ਮੀਏ ਨੂੰ ਆ ਕੇ ਕਿਹਾ ਕਿ ਮੇਰੇ ਘਰ ਹੋਈ ਅੱਛਾ ਤੇ ਮੀਏ ਨੇ ਕਿਹਾ ਨਹੀਂ ਕਿ ਮੈਨੂੰ ਨਹੀਂ ਦੱਸਿਆ ਤੂੰ ਮੀਏ ਨੂੰ ਮੈਂ ਦੱਸਿਆ ਮੀਏ ਨੂੰ ਜਿੱਥੇ ਮਤਲਬ ਪੈਦਾ ਕਰ ਲਈ ਇਹ ਮੀਏ ਨੂੰ ਮੈਂ ਦੱਸਿਆ ਕਿ ਮੇਰੀ ਤਬੀਅਤ ਖਰਾਬ ਹੋ ਰਹੀ ਹੈ ਤੇ ਮੈਂ ਸਨਾ ਚੱਲੀ ਆ ਚੈੱਕਅਪ ਕਰਵਾਉਣ ਤੇ ਜੇ ਅੱਲਾ ਤਾਲਾ ਨੇ ਕੋਈ ਰਹਿਮਤ ਕਰ ਦਿੱਤੀ ਤੈਨੂੰ ਕਾਲ ਕਰ ਅੱਛਾ ਪਹਿਲਾਂ ਹੀ ਪਲੈਨਿੰਗ ਕਰਕੇ ਹਾਂਜੀ ਸਹੀ ਹੈ ਠੀਕ ਹੈ ਤੇ ਮੀਏ ਨੂੰ ਫਿਰ ਰਾਤ ਨੂੰ ਘਰ ਜਾ ਕੇ ਦੱਸਿਆ ਜੀ ਵਿਖਾਇਆ ਖੁਸ਼ ਹੋਇਆ ਉਹ ਹਾਂਜੀ ਕੀ ਨਾਮ ਮੀਏ ਦਾ ਮੁਹੰਮਦ ਰਹੀਦ ਸਹੀ ਹੈ ਫਿਰ ਕੁਝ ਵੀ ਨਹੀਂ ਫਿਰ ਉਹਦਾ ਨਾਂ ਕੀ ਰੱਖਿਆ ਅਜਵਾਨੂਰ ਹਾਂ ਕੀ ਗੱਲਾਂ ਕੀ ਅਜਵਾਨੂਰ ਅਜਵਾਨੂਰ ਕਿਸੇ ਦੀ ਬੱਚੀ ਕਿਸੇ ਦੀ ਮਮਤਾ ਮਤਲਬ ਉਹਨੂੰ ਪਰੇਸ਼ਾਨ ਕਰਕੇ ਤੇ ਆਪਣਾ ਘਰ ਵੱਸ ਸਕਦਾ ਨਹੀਂ ਇਹ ਕਿੱਥੋਂ ਆਈਡੀਆ ਆਏ ਪਹਿਲੇ ਵੀ ਸੁਣਿਆ ਹੋਏਗਾ ਔਰਤਾਂ ਬੱਚੇ ਚੁੱਕਦੀਆਂ ਬੱਚੀਆਂ ਚੁੱਕਦੀਆਂ ਫੜੀਆਂ ਜਾਂਦੀਆਂ ਸੁਣਿਆ ਨਹੀਂ ਕਦੀ ਜ਼ਿੰਦਗੀ 'ਚ ਪਤਾ ਸੀ ਇਹ ਗੱਲ ਕਿ ਨਹੀਂ ਪਤਾ ਸੀ ਜ਼ਾਹਰੀ ਗੱਲ ਹੈ ਉੱਚੀ ਬੋਲਣਾ ਜ਼ਾਹਰੀ ਗੱਲ ਹੈ ਬਈ ਜ਼ਾਹਰੀ ਗੱਲ ਹੈ ਤੇ ਆਪਣੇ ਆਪ 'ਚ ਨਹੀਂ ਹੋ ਰਿਹਾ ਸੀ ਨਹੀਂ ਮੀਆਂ ਇਹੀ ਸਮਝਿਆ ਕਿ ਇਹ ਮੇਰੀ ਔਲਾਦ ਹੈ ਖੁਸ਼ ਸੀ ਉਹ ਜੀ ਨਾਮ ਕਿੰਨੇ ਰੱਖਿਆ ਮੈਂ ਰੱਖਿਆ ਆਪ ਰੱਖਿਆ ਕੀ ਨਾਮ ਰੱਖਿਆ ਅਜਵਾਨੂਰ ਅਜਵਾਨੂਰ ਅੱਛਾ ਠੀਕ ਹੈ ਫਿਰ ਦੂਸਰਾ ਦਿਨ ਲੋਕਾਂ ਨੂੰ ਦੱਸਿਆ ਇੱਕ ਜਿਹੜੀ ਸੁਤੇਲੀ ਭੈਣ ਸੀ ਉਹਨੂੰ ਤੇ ਝੂਠ ਬੋਲਤਾ ਬੰਦੇ ਨੂੰ ਕਹਿਤਾ ਕਿ ਇਹ ਮੇਰੀ ਬੱਚੀ ਹੈ ਤੇ ਉਹ ਜਦੋਂ ਸੁਤੇਲੀ ਭੈਣ ਨੇ ਘਰ ਆਉਣਾ ਸੀ ਉਹਨੇ ਨਹੀਂ ਦੱਸਣਾ ਸੀ ਇਹ ਤੁਸੀਂ ਮੈਨੂੰ ਬਾਜੀ ਕਹਿ ਕੇ ਗਏ ਹੋਇਆ ਤੇ ਭਤੀਜੀ ਦੀ ਬੱਚੀ ਉਹ ਆਏ ਨਹੀਂ ਆਈ ਜਾਂਦੀ ਕਦੀ ਤੇ ਜ਼ਿੰਦਗੀ 'ਚ ਆਉਣਾ ਸੀ ਨਾ ਤੁਸੀਂ ਵੀ ਉਹਦੇ ਘਰ ਗਏ ਹੋ ਹਾਂਜੀ ਉਹ ਵੀ ਤੇ ਆ ਸਕਦੀ ਕਦੀ ਉਹ ਆਉਂਦੀ ਸੀ ਸਾਲ 2 ਸਾਲਾਂ ਬਾਅਦ ਉਹਨੂੰ ਕਿਉਂ ਨਹੀਂ ਦੱਸਿਆ ਕਿ ਮੇਰੀ ਬੱਚੀ ਮੈਂ ਕਿਹਾ ਨਾ ਮੇਰੀ ਮੀਆਂ ਦੱਸ ਦਵੇ ਕੀ ਦੱਸਦੇ ਕਹਿੰਦੀ ਨਹੀਂ ਹੈ ਨਹੀਂ ਤੇ ਐਦੀ ਨਹੀਂ ਹੈ ਕੀ ਮਤਲਬ ਉਹਨੂੰ ਵੀ ਇਹੀ ਦੱਸਣਾ ਸੀ ਨਾ ਅਗਰ ਦੱਸਣਾ ਸੀ ਜੋ ਮੀਆਂ ਨੂੰ ਦੱਸਿਆ ਮੁਬਾਰਕਬਾਦ ਕੁਝ ਵੀ ਨਹੀਂ ਫਿਰ ਮੈਂ ਦੱਸ ਦਿੱਤਾ ਕਿ ਇੱਥੇ ਕਿ ਮੇਰੀ ਨਹੀਂ ਹੈ ਅੱਛਾ ਪਹਿਲੇ ਬਹਾਨੇ ਬਣਾਉਂਦੇ ਰਹੇ ਉਹ ਦੱਸ ਦੇ ਨਾਲ ਨੇ ਬਸ ਇੱਕ ਹੀ ਗੱਲ ਕੀਤੀ ਕਿ ਮੇਰੀ ਬੱਚੀ ਹੈ ਹੋਰ ਉਹਨਾਂ ਨਾਲ ਮੈਂ ਕੋਈ ਫਾਲਤੂ ਗੱਲ ਨਹੀਂ ਕੀਤੀ ਹੈ